ਸਤਿ ਸ਼੍ਰੀ ਅਕਾਲ ਦੋਸਤੋ, ਸੇਵਕਿਨਫੋ ਯੂਟਿਊਬ ਚੈਨਲ ਵਿੱਚ ਤੁਹਾਡਾ ਬਹੁਤ ਸਵਾਗਤ ਕਰਦੇ ਹਾਂ। ਡੇਲੀ ਨੌਕਰੀ ਦੀ ਜਾਣਕਾਰੀ ਲਈ ਸਾਡੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਡੇ ਕੋਲ ਇੱਕ ਵੀ ਕੋਈ ਪੋਸਟ ਜਿਹੜੀ ਪੰਜਾਬ ਦੇ ਵਿੱਚ ਆਉਂਦੀ ਰਹਿੰਦੀ ਹੈ ਕੋਈ ਮਿਸ ਨਾ ਹੋਵੇ। ਤਾਂ ਦੋਸਤੋ, ਹੁਣ ਗੱਲ ਕਰਾਂਗੇ ਜੋ ਰੁਜ਼ਗਾਰ ਮੇਲਾ ਲੱਗ ਰਿਹਾ ਹੈਗਾ ਮਾਨਸਾ ਪੰਜਾਬ ਦੇ ਵਿੱਚ, ਜਿਸ ਵਿੱਚ ਸਿੱਧੀ ਇੰਟਰਵਿਊ 'ਤੇ ਭਰਤੀ ਹੈ ਜੀ। ਇਸ ਵਿੱਚ ਲੜਕੀਆਂ ਅਪਲਾਈ ਕਰ ਸਕਦੀਆਂ ਨੇ 8ਵੀਂ 10ਵੀਂ 12ਵੀਂ ਪਾਸ। ਕਿੱਥੇ ਦੋਸਤੋ, ਕਦੋਂ ਭਰਤੀ ਹੋਣੀ ਹੈ, ਕੀ ਪੂਰਾ ਪ੍ਰੋਸੈਸ ਆ, ਪੂਰੀ ਡਿਟੇਲ ਦੱਸਾਂਗਾ। ਉਸ ਤੋਂ ਪਹਿਲਾਂ ਗੁਜ਼ਾਰਿਸ਼ ਕਰ ਦਾਂਗੇ, ਫਸਟ ਟਾਈਮ ਚੈਨਲ 'ਤੇ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਦੇ ਨਾਲ ਬੈਲ ਬਟਨ ਨੂੰ ਪ੍ਰੈਸ ਕਰ ਲਓ ਤਾਂ ਕਿ ਤੁਹਾਡੇ ਕੋਲ ਹਰ ਇੱਕ ਪੋਸਟ ਦੀ ਇਨਫੋਰਮੇਸ਼ਨ ਮਿਲ ਸਕੇ, ਕੋਈ ਪੋਸਟ ਉਸ ਤੋਂ ਮਿਸ ਨਾ ਹੋ ਸਕੇ। ਤਾਂ ਚੱਲਦੇ ਹਾਂ ਦੋਸਤੋ ਪੂਰੀ ਜਾਣਕਾਰੀ ਲਈ ਜੋ ਨਿਊਜ਼ 'ਤੇ। ਹਾਂਜੀ ਦੋਸਤੋ, ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿ ਮਿਤੀ 24/3 ਨੂੰ, ਤਾਂ ਦੋਸਤੋ 24/3/2021 ਨੂੰ ਕੀ ਹੈ ਜ਼ਿਲ੍ਹਾ ਰੁਜ਼ਗਾਰ ਬਿਊਰੋ ਮਾਨਸਾ ਵਿਖੇ ਕੀ ਹੈ ਵਰਧਮਾਨ ਕੰਪਨੀ ਵੱਲੋਂ ਕੀ ਆ ਮਕੈਨਿਕ ਓਪਰੇਟਰ ਟ੍ਰੇਨਿੰਗ ਦੀ ਇੱਕ ਭਰਤੀ ਲਈ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ। ਇਸ ਦੇ ਵਿੱਚ ਕੀ ਹੈ ਯੋਗਤਾ 8ਵੀਂ 10ਵੀਂ 12ਵੀਂ ਪਾਸ ਜੋ ਵੀ ਗਰਲਸ ਲੜਕੀਆਂ ਦੀ ਜ਼ਰੂਰਤ ਹੈ, ਉਮਰ ਜੋ ਰੱਖੀ ਗਈ ਹੈ ਇਹਦੇ ਵਿੱਚ 18 ਤੋਂ ਲੈ ਕੇ 30 ਸਾਲ ਤੱਕ ਤੁਹਾਡੀ ਹੋਣੀ ਚਾਹੀਦੀ ਆ। ਅਤੇ ਜੋ ਵੀ ਕੈਂਡੀਡੇਟ ਅਪਲਾਈ ਕਰਨਗੇ ਉਹ ਸਰੀਰ ਤੌਰ 'ਤੇ ਫਿੱਟ ਹੋਣੇ ਚਾਹੀਦੇ ਨੇ ਜੀ। ਉਹ ਆਪਣੇ ਅਸਲ ਸਰਟੀਫਿਕੇਟ ਦੀਆਂ ਫੋਟੋ ਕਾਪੀਆਂ, ਠੀਕ ਹੈ ਜੀ, ਅਤੇ ਨਾਲ ਆਧਾਰ ਕਾਰਡ ਰਿਜ਼ਿਊਮ ਵਗੈਰਾ ਲੈ ਕੇ ਜੀ ਰੁਜ਼ਗਾਰ ਦਫ਼ਤਰ ਜੋ ਮਾਨਸਾ ਵਿਖੇ ਪਹੁੰਚ ਸਕਦੇ ਨੇ, ਜਿਸ ਦਾ ਐਡਰੈਸ ਹੈਗਾ ਜ਼ਿਲ੍ਹਾ ਕਚਹਿਰੀਆਂ ਦੇ ਉੱਪਰ, ਜੋ ਮਤਲਬ ਕਚਹਿਰੀਆਂ 'ਚ ਸੁਵਿਧਾ ਕੇਂਦਰ ਬਣਿਆ ਉਸਦੇ ਉੱਪਰਲੀ ਜੋ ਬਿਲਡਿੰਗ ਹੈ ਰੁਜ਼ਗਾਰ ਦਫ਼ਤਰ ਦੀ ਆ, ਉੱਥੇ ਤੁਸੀਂ ਸਵੇਰੇ 10:30 ਤੋਂ ਲੈ ਕੇ ਜੀ 3 ਵਜੇ ਤੱਕ ਜੋ ਇੰਟਰਵਿਊ ਦਾ ਟਾਈਮ ਰੱਖਿਆ ਗਿਆ ਇਸ ਟਾਈਮ ਦੇ ਤੁਸੀਂ ਪਹੁੰਚ ਕੇ ਇੰਟਰਵਿਊ 'ਚ ਸ਼ਾਮਿਲ ਹੋ ਸਕਦੇ ਹੋਗੇ, ਜਿਸ ਵਿੱਚ ਅਸਾਮੀ ਦੀ ਟੋਟਲ ਗਿਣਤੀ ਆ ਜੀ 100 ਪੋਸਟਾਂ ਰੱਖੀਆਂ ਨੇ। ਉਸ ਤੋਂ ਬਾਅਦ ਗੱਲ ਕਰਾਂਗੇ ਸੈਲਰੀ, ਤੁਹਾਨੂੰ ਇੱਥੇ ਸੈਲਰੀ ਮਿਲ ਜਾਣੀ ਹੈ ਜੀ 7800 ਰੁਪਏ ਦੇ ਕਰੀਬ ਮਿਲ ਜਾਣੀ ਹੈਗੀ, ਠੀਕ ਆ। ਤਾਂ ਦੋਸਤੋ ਇਸ ਤਰ੍ਹਾਂ ਇਹ ਜੋ ਕਿ ਰੁਜ਼ਗਾਰ ਮੇਲਾ ਲੱਗ ਰਿਹਾ ਹੈਗਾ, ਤਾਂ ਜਿਨ੍ਹਾਂ ਨੇ ਵੀ 8ਵੀਂ 10ਵੀਂ ਅਤੇ 12ਵੀਂ ਜੋ ਕੈਂਡੀਡੇਟ ਨੇ ਜਾਣੀ ਕਿ ਲੜਕੀਆਂ ਨੇ ਜੀ ਉਹ ਅਪਲਾਈ ਕਰ ਸਕਦੀਆਂ ਨੇ, ਠੀਕ ਹੈ ਜੀ। ਵਧੀਆ ਵੈਕੈਂਸੀ ਹੈ ਦੋਸਤੋ ਰੁਜ਼ਗਾਰ ਮੇਲੇ ਦੇ ਵਿੱਚ, ਇਕੱਲੀ ਇੰਟਰਵਿਊ ਬੇਸ 'ਤੇ ਤੁਹਾਡੀ ਭਰਤੀ ਆ, ਕੋਈ ਪੇਪਰ ਇਗਜ਼ਾਮ ਨਹੀਂ ਹੋਣਾ ਇਸ ਦੇ ਵਿੱਚ, ਤੁਸੀਂ ਇੱਕ ਵਾਰੀ ਜਾ ਸਕਦੇ ਹੋ, ਠੀਕ ਹੈ ਜੀ। ਅਤੇ ਤਾਂ ਕਿ ਤੁਹਾਨੂੰ ਪੂਰੀ ਡਿਟੇਲ ਤੁਹਾਨੂੰ ਉੱਥੇ ਹੀ ਪਤਾ ਲੱਗੂਗੀ, ਜੇ ਫਿਕਰ ਫਿਰ ਵੀ ਤੁਹਾਡਾ ਕੋਈ ਕੁਐਸਚਨ ਆ ਤਾਂ ਨੀਚੇ ਇਸ ਕੰਟੈਕਟ 'ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਜੀ। ਉਸ ਤੋਂ ਬਾਅਦ ਤੁਹਾਨੂੰ ਪੂਰੀ ਐਡ ਅਤੇ, ਠੀਕ ਆ ਜੀ, ਤੁਹਾਨੂੰ ਮੈਂ ਲਿੰਕ ਡਿਸਕ੍ਰਿਪਸ਼ਨ ਨੀਚੇ ਦੇ ਦੂੰਗਾ। ਉਸ ਵੈਬਸਾਈਟ 'ਤੇ ਜਾ ਕੇ ਜਦੋਂ ਵੀ ਕੋਈ ਵੈਕੈਂਸੀ ਆਉਂਦੀ ਹੈ ਨਾਲ ਤੁਸੀਂ ਉਸ ਵੈਬਸਾਈਟ 'ਤੇ ਜਾ ਕੇ ਡੇਲੀ ਵਿਜ਼ਿਟ ਕਰਕੇ ਦੇਖ ਸਕਦੇ ਹੋ ਜਦੋਂ ਵੀ ਕੋਈ ਰੁਜ਼ਗਾਰ ਮੇਲਾ ਲੱਗਦਾ ਗਾ। www.sarkari-posting.com 'ਤੇ ਵਿਜ਼ਿਟ ਕਰੋਗੇ, ਉਸਦਾ ਮੈਂ ਲਿੰਕ ਤੁਹਾਨੂੰ ਮੈਂ ਨੀਚੇ ਡਿਸਕ੍ਰਿਪਸ਼ਨ 'ਚ ਦੇ ਦੂੰਗਾ। ਆਈ ਹੋਪ ਤੁਹਾਨੂੰ ਕਲੀਅਰ ਹੀ ਹੋ ਗਿਆ ਹੋਊਗਾ। ਵੀਡੀਓ ਕਿੱਦਾਂ ਲੱਗੀ, ਵੀਡੀਓ ਨੂੰ ਲਾਈਕ ਐਂਡ ਸ਼ੇਅਰ ਵੱਧ ਤੋਂ ਵੱਧ ਕਰ ਦਿਉ ਤਾਂ ਕਿ ਤੁਹਾਡੇ ਤੱਕ ਜਿਹੜੀ ਵੀਡੀਓ ਆਈ ਆ ਉਹ ਹੋਰਾਂ ਤੱਕ ਵੀ ਚਲੀ ਜਾਵੇ, ਉਹਨਾਂ ਨੂੰ ਵੀ ਇਸ ਦਾ ਬੈਨੀਫਿਟਸ ਮਿਲ ਸਕੇ। ਥੈਂਕ ਯੂ ਜੀ ਦੋਸਤੋ, ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।